ठीक है। जी अच्छा तुहानू सारी दुनिया जानती है, मेरे मतलब मेरा इंटरव्यू थोड़े तो तारफ का मोहताज नहीं, मतलब तुसी सारी दुनिया तो अगे जानते वे। हुण मैनू सवाल आ रहे हैं कुछ, मैं जी तुहाडे कोल जरूर उन्हां दे बारे भी पूछा। कुछ दोस्त ये सवाल कर रहे हैं, एक नहीं कुछ इस वीडियो की अहम डिस्कशन चलती रहेगी, लेकिन इससे पहले वीडियो को लाइक करें, HPT TV को सब्सक्राइब कर लें और बेल आइकन पर जरूर क्लिक करें। दा दफा सवाल आया कि जेडे बेसिकली ये कबूतर ने, ये तुसी उड़ाए भी नहीं, सारी बात है बने बनाए तुहानू कबूतर मिले ने, इन्हां दी बेस दे बारे पुछदे ने पे, एक्चुअल इन्हां कबूतरां दी बेस की है, की हिसाब ताब है, को थोड़ा जिहा भी दस दिओ। साढ़े कबूतर माशाल्लाह जी, ये बेस इन्हां दी है, सियालकोटी कबूतरां लई बेस संत इन्हां दी नजर आउंदी है जी, जिस्म वड्डे ने, बाडी वड्डी। मैं आउणा आला, हाँ। बाकी वेखो ना जी, कलर कबूतरां दे कुछ फरोजपुरी ने, अली आले कबूतर ने, बटेरे कबूतर ने, मतलब इन्हां जिहड़े ना असां कलरां तो मतलब इन्हां सानूं इंज लगदा है फरोजपुरी भी इन्हां आए ने, अली आले भी ने, बटेरे भी ने जी, मतलब स्लेटी कबूतर भी इन्हां चो साडे चो निकलदे ने, प्रमोद भी निकलदे ने, उस्तादां आले जिहड़े कबूतर ने, ते इही कबूतर ने जी ਉੱਥੇ ਜਿਹੜੇ ਉੱਡਦੇ ਪਏ ਨੇ, ਸਾਡੇ ਕੋਲ ਵੀ ਉਹੀ ਉੱਡਦੇ ਪਏ ਨੇ, ਅਲਹਮਦੁਲਿਲਾ ਕੋ 50 ਸਾਲ ਤੋਂ ਉੱਡਦੇ ਆਉਂਦੇ ਨੇ। ਅੱਛਾ ਤੁਹਾਡੇ ਕੋਲ ਇਹ ਜਿਹੜੇ ਉਸਤਾਦਾਂ ਵਾਲੇ ਕਬੂਤਰ ਨੇ, ਇਹਨਾਂ 'ਚ ਮੇਨ ਬਰੀਡਾਂ ਮਤਲਬ ਹੁੰਦਾ ਨਾ, ਹਰ ਆਪਣੀ ਦਫ ਦੀਆਂ ਮੁਖਤਲਿਫ ਬਰੀਡਾਂ ਦੀ, ਤੁਹਾਡੇ ਉਸਤਾਦਾਂ ਕੋਲ ਇਹ ਜਿਹੜੇ ਕਬੂਤਰ ਨੇ, ਇਹਨਾਂ ਦੀਆਂ ਕਿੰਨੀਆਂ ਬਰੀਡਾਂ ਨੇ, ਮਤਲਬ ਜਿਹੜੇ ਨਾਂ ਉਹਨਾਂ ਰੱਖੇ ਹੋਏ ਨੇ, ਜਾਂ ਇੱਕ ਦੂਜੇ ਤੋਂ ਥੋੜੇ ਜਿਹੇ ਮੁਖਤਲਿਫ ਨੇ, ਇਹ ਵੀ ਸਾਨੂੰ ਥੋੜਾ ਜਿਹਾ ਦੱਸੋ। ਨਾਂ ਤੇ ਉਹਨਾਂ ਕਾਫੀ ਰੱਖੇ ਨੇ ਜੀ, ਫਰਕਟੇ ਉਹਨਾਂ ਨਾਂ ਰੱਖੇ ਨੇ ਕਬੂਤਰਾਂ ਦੇ, ਅਨਮੋਲ ਨਾਂ ਰੱਖੇ ਨੇ ਜੀ, ਅੱਗੋ ਮਤਲਬ ਜੈਕੀ ਕਬੂਤਰ ਨੇ, ਫਰੰਗੀ ਕਬੂਤਰ ਨੇ, ਕਾਜਲ ਕਬੂਤਰ ਨੇ, ਚਿੜੀਆਂ ਵਾਲੇ ਨੇ, ਮਤਲਬ ਨਾਂ ਤੇ ਉਹਨਾਂ ਕਾਫੀ ਜੀ ਰੱਖੇ ਨੇ, ਲੇਕਿਨ ਪਿੱਛੋਂ ਬੇਸ ਜਿਹੜੀ ਹੈ ਨਾ ਜੀ, ਉਹ ਸਾਡੀ ਸਮਝ ਨਾਲ ਤੇ ਇਹ ਹੀ ਆ ਰਹੀ ਹੈ। ਠੀਕ ਹੋ ਗਿਆ ਜੀ। ਹਾਂ, ਯਾਨੀ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਉਸਤਾਦ ਰਾ ਜਿਹੜੇ ਮਤਲਬ ਜਿਸ ਕੰਡੀਸ਼ਨ ਨੇ ਤੁਹਾਡੇ ਕੋਲ ਆ ਰਹੇ ਨੇ, ਇਹ ਸਿਆਲਕੋਟੀਆਂ ਦੇ ਨੇੜੇ ਵੀ ਹੁੰਦੇ ਨੇ, ਮਤਲਬ ਫਨ ਨੇ ਜੀ, ਆਪਣੇ ਉਹਨਾਂ ਫਨ ਨਾਲ ਮਤਲਬ ਕਬੂਤਰ ਜਿਹੜੇ ਨਾ ਜੀ ਇਸ ਲੈਵਲ ਦੇ ਬਣਾਏ ਨੇ ਕਿ ਜਿਹੜੇ ਮਤਲਬ ਸ਼ੁਕਰ ਅਲਹਮਦੁਲਿਲਾ 15-16 ਘੰਟੇ ਉੱਡਦੇ ਵੀ ਨੇ, ਘਰ ਵੀ ਆਉਂਦੇ ਨੇ। ਠੀਕ ਹੋ ਗਿਆ ਜੀ। ਆ ਤੇ ਅਜ਼ਰ ਬਾਈ, ਇਹ ਹੁਣ ਮੈਨੂੰ ਦੱਸੋ, ਇਹਨਾਂ ਕਬੂਤਰਾਂ ਤੇ ਮਿਹਨਤ ਆਮ ਕਬੂਤਰਾਂ ਤੋਂ ਜ਼ਿਆਦਾ ਹੁੰਦੀ ਹੈ ਕਿ ਘੱਟ ਹੁੰਦੀ ਹੈ? ਆਮ ਤੋਂ ਕੀ ਮਤਲਬ, ਕੁਝ ਕਬੂਤਰ ਐਸੇ ਹੁੰਦੇ ਨੇ ਕਿ 12-14 ਘੰਟੇ ਉੱਡ ਗਏ, ਉਹਨਾਂ ਨੂੰ ਮਿਹਨਤ ਸੰਭਾਲ ਕਰਨ ਦੇ ਵਕਤ ਮਿਹਨਤ ਜ਼ਿਆਦਾ ਕਰਨ ਪੈਂਦੀ, ਕੁਝ ਕਬੂਤਰ ਹੁੰਦੇ ਨੇ ਜ਼ਿਆਦਾਤਰ ਆਪਣਾ ਆਪ ਰੱਖ ਕੇ ਬਹਿੰਦੇ ਨੇ। ਇਹ ਆਪਣਾ ਆਪ ਰੱਖ ਕੇ ਬਹਿੰਦੇ, ਆਪਣਾ ਆਪ ਰੱਖ ਕੇ ਬਹਿੰਦੇ। ਰਾਤ ਹਨੇਰਾ ਹੋਣਾ ਤੇ ਨਾ ਪਾਣੀ, ਠੀਕ ਹੋ ਗਿਆ, ਇਹ ਮਸਲਾ ਨਹੀਂ, ਜ਼ਿਆਦਾ ਟਾਈਮ ਨਹੀਂ ਪਾਣੀ ਦਾਣੇ ਤੇ ਲੱਗਦੇ, ਜਿਹੜੇ ਆ ਕੇ ਆਪਣੀ ਜਾਲਾਂ ਤੋਂ ਚਾਹ ਕੇ ਲਾਣੇ ਪੈਂਦੇ ਨੇ, ਉਹ ਇੱਕ ਕਬੂਤਰ ਨਹੀਂ। ਹਾਏ ਇੰਜੀ ਜੀ, ਆ 13-14 ਘੰਟੇ ਉੱਡਿਆ ਹੈ ਵੀ, ਜੇ ਉੱਤੋਂ ਆ ਕੇ ਵੇਖਣਾ ਉਸੇ ਹੀ ਮਹਿਸੂਸ ਕਰਨਾ ਹੈ ਕਿ ਕੋ ਨਹੀਂ ਉੱਡਿਆ। ਅਲਹਮਦੁਲਿਲਾ ਸਾਡੇ ਵੀ ਤਰਾ ਬੈਦਰ ਹੀ ਤਾਂ ਸਵਾਲ ਕੀਤਾ। ਅੱਛਾ, ਆ ਉਸ ਆ ਕੇ ਆਪਣਾ ਇੰਜ ਕਦੀ ਹੋਇਆ ਨਹੀਂ, 4 ਵਜੇ ਕਬੂਤਰ ਬੰਦ ਹੋ ਗਏ ਨੇ, ਤੇ ਮੁੜ ਜਿਵੇਂ ਹਨੇਰਾ ਪਿਆ ਹੈ ਤਾਂ ਉਵੇਂ ਬਹਿ ਵੀ ਜਾਣ, ਉਸ ਆ ਕੇ ਮੇਰੇ ਦਿਮਾਗ ਇੱਥੇ ਨਹੀਂ ਕੰਮ ਕਰ ਰਿਹਾ। ਠੀਕ ਹੋ ਗਿਆ। ਚਲੋ ਤੇ ਭਾਜੀ, ਤੁਸੀਂ ਵੀ ਕੁਝ ਕਬੂਤਰ ਤੁਹਾਡੇ ਕੋਲ ਵੀ ਹੈ ਨੇ ਇਹਨਾਂ ਬਰੇਡਾਂ ਤੋਂ, ਤੁਹਾਡਾ ਕੀ ਤਜਰਬਾ ਰਿਹਾ ਇਹਨਾਂ ਕਬੂਤਰਾਂ? ਇਹ ਸਵਾਲ ਮੈਂ ਇਸ ਤੋਂ ਕਰਨਾ ਪਿਆ ਕਿਉਂਕਿ ਸਿਆਲਕੋਟੀ ਤੇ ਕਸੂਰੀ ਕਬੂਤਰ ਨਾ ਹਰ ਦੂਜੇ ਬੰਦੇ ਕੋਲ ਹੁਣ ਮੌਜੂਦ ਨੇ। ਹਾਂ, ਹੁਣ ਬੋਲੋ ਭਾਈ। ਦੇਖੋ ਨਾ, ਸਾਡੇ ਕੋਲ ਤਕਰੀਬਨ ਸਾਲ ਕੁ ਤੋਂ ਸਵਾ ਸਾਲ ਤੋਂ ਕਬੂਤਰ ਭਾਈ ਹਜ਼ਾਰ ਵਾਲੇ ਕੋਲ ਗਿਆ ਨੇ, ਸਾਨੂੰ ਇਹਨਾਂ ਦੀ ਬੇਸਕ ਦਾ ਨਹੀਂ ਪਤਾ ਪਿੱਛੇ ਕੀ ਕੀ ਹੈ। ਤੇ ਭਾਜੀ ਕੋਲ 2-4 ਆਪਣੇ ਚੈਂਪੀਅਨ ਕਬੂਤਰ ਵੀ ਲਿਆਓ, ਉਹ ਵੀ ਜ਼ਰਾ ਸ਼ੌਕ ਕਰਦੇ ਉਹ ਭਾਈ ਨੇ। ਚਲੋ ਕੋਈ ਹੋਰ ਵਹਾ ਲਓ ਉਹਦੇ 'ਚ, ਸਾਨੂੰ ਤੇ ਇਹਨਾਂ ਦੀ ਬੇਸਕ ਦਾ ਨਹੀਂ ਪਤਾ ਸੀ, ਤੇ ਬੇਸਿਕਲੀ ਨਾ ਡੈਡੀ ਕਬੂਤਰ ਤੇ ਕਸੂਰੀਆਂ ਦੇ ਮਗਰ ਰਹਿ। 16-17 ਸਾਲ ਤਕਰੀਬਨ ਨਾ ਜੀ ਅਸਾਂ ਹਰ ਜਗ੍ਹਾ ਤੋਂ ਇਹ ਕਬੂਤਰ ਖਰੀਦਦੇ ਨੇ, ਲੇਕਿਨ ਇਹਨਾਂ ਦੀ ਨਾ ਸਾਨੂੰ ਨਹੀਂ ਸਮਝ ਆਈ, ਮਤਲਬ ਸਮਝ ਲਓ ਸਾਡੀ ਬਦਬਖਤੀ ਹੋਵੇ ਦੀ, ਹੋ ਸਕਦਾ ਅੱਛੇ ਹੋਣ ਬੜੇ, ਲੇਕਿਨ ਜਦੋਂ ਇਹ ਸਾਡੇ ਕੋਲ ਕਬੂਤਰ ਗਏ ਨਾ ਜੀ, ਤੇ ਇਹਨਾਂ ਨੇ 3-3, 4-4 ਪਰ ਦੇ ਬੱਚੇ, ਪਰ ਅਸਾਂ ਜੇਠ ਹੀ ਸਾਡੀਆਂ ਬਾਬੀਆਂ ਹਨ 3-4 ਘਰਾਂ ਨਾਲ, ਬਾਬਰ ਮੰਦਰ ਵਾਲੇ ਨਾਲ, ਦਰੀਸ ਨਾਲ, ਮਤਲਬ ਕਲੀ ਨਾਲ। ਮੈਂ ਇੱਕ ਮਿੰਟ ਮਲਕ ਸਾਹਿਬ ਤੁਹਾਡੀ ਗੱਲ ਕੱਟਣਾ ਦੋਸਤੋ, ਸਾਡੇ ਦੇ ਵਿੱਚ ਨਾ ਜਿਹੜੀ ਇਹ, ਮੈਂ ਮਲਕ ਸਾਹਿਬ ਤੁਹਾਡੀ ਗੱਲ ਕੱਟ ਦੋਸਤੋ, ਇਹ ਬਤਾ ਦੂੰ ਕਿ ਮਲਕ ਸਾਹਿਬ ਕੀ ਛੱਤ ਪੇ ਇਸ ਦਫਾ ਜੇਠ ਮੇ ਬੱਚੇ ਜੋ ਨਾ ਵੋ ਸ਼ਾਮ ਤੱਕ ਕੀ ਪਰਵਾਜ਼ੇ ਦੀਏ, ਇਸਕਾ ਮੈਂ ਵੀ ਗਵਾਉਂ।
जी भाजी और बोलो उस असा वेख्या कि उन्हें बच्चा हो के गर्मी भी बर्दाश्त की है, नहर तूफान भी बर्दाश्त किए हैं, तो इन्हों की बर्दाश्त जी इन्होंने आम कबूतर सू ज्यादा लगी। देखो जी ये साड़ी कोई आखिरी गल नहीं हो सकता, जिन्हों को कबूतर ने उन्हों को ज्यादा बेहतर काम करते हो, लेकिन साढ़े को काम नहीं किया। साढ़े को भाई हजार वाले कबूतर गए ने, उन्हें अपनी परवाजा दसिया ने, अपना मतलब उन्होंने बर्दाश्त दसी है, तो सानू पता लग्या कि ये कबूतर दूसर कबूतर अनमोल ने ज़्यादा अच्छे। देखो जी बाकी असं किसी नाल इख्तलाफ नहीं करते, हो सकता किसी को जेड़े कसूरी ने या डैडी ने अच्छे उड़ते हो, साढ़े को नहीं अच्छे होंगे, साढ़े को पाई हज़ार वाले कबूतर अच्छे होंगे ने, या कुछ कबूतर मेरे उत्पादा को आए सन वो गाय गए अच्छे होंगे। ठीक हो गया, चलो उसका जी मिलो, मैं कबूतर का शौक मैं करवाना। ठीक है तुम भाजी आ जाओ, जरा ये कड़े कबूतर ने भाजी, जरा ना ये स्लेटी कबूतर ने, ये अनमोल कबूतर ने, ये जौंसरे भी निकलते हैं ये दोस्तों। जो कबूतर चैंपियन हुए हैं इन्हीं कबूतरों में से अनमोल कबूतर पिपला वाले जो हैं उनका शौक करवा रहा हूँ। आप आगे अंदाज़ा खुद लगा सकते हैं कि ये इन कबूतरों की बेस क्या है, वो नज़र आ रही होगी। माशाल्लाह शौक करे, बड़े अच्छे और शानदार कबूतर माशाल्लाह। ठीक, करना है चैलेंज वाला, करना है वो, करना है वो लादा करा। ये दोस्तों शौक करे माशाल्लाह। नहीं जी आवाज पहचानी चाहिए। ये दोस्तों शौक करे माशाल्लाह, परेल देख लें बाहर वाले पार बगल, जो आप लोगों से अक्सर लाइव वीडियो में भी बात होती है पार और बगल के मतलब, खुद देख सकते हैं इन कबूतरों का माशाल्लाह। पार देख, ये अनमोल कबूतर है पिपला वाले, और यही कबूतर चैंपियन पंजाब हुए हैं, इन्हीं कबूतरों से तीन दफ़ा चैंपियन हो चुकी है ये छत माशाल्लाह, रिजल्ट इनके बड़े अच्छे हैं। खुद कबूतर जैसे कहा जाता है, और हर दूसरा उस्ताद यही कहता है कि अच्छा कबूतर खुद जो है ना वो एक बहुत बड़ा दर्श देता है, सबक देता है, और आप खुद देख सकते हैं। ये दुम देखें इन लोग, इन कबूतरों की भाईजान, ये पिपला वाले कबूतर हैं, वहीं से आए हुए, मूव कर दिया। ये पंजे देखे, ये एक दफा फुल व्यू देख ले इन कबूतरों का। गदरे, ये जी गदरे कबूतर पिपला वाले, शौक करें माशाल्लाह। दोस्तों आंख देखे इन कबूतरों में, आंख की चमक देख लें, पलक देखें, और जो नोक है उसकी बनावट देखें। ये पंजाब चैंपियन कबूतर हैं दोस्तों, ये पर देखें, पर देख रहे हैं उस कबूतर के भी देखें और इसके भी देखें।